ਸੰਤ ਬਲਬੀਰ ਸਿੰਘ ਸਿੰਚੇਵਾਲ ਦੀ ਪੰਜਾਬ 'ਚ ਦੂਸ਼ਿਤ ਪਾਣੀ ਦੇ ਮਾਮਲੇ 'ਚ ਹਾਲ 'ਚ ਹੀ ਦਿੱਤੀ ਗਈ ਰਿਪੋਰਟ ਦੇ ਕਾਰਨ ਪੰਜਾਬ ਸਰਕਾਰ ਨੂੰ NGT ਨੇ ਲਗਾਇਆ 50 ਕਰੋੜ ਰੁਪਏ ਦਾ ਜੁਰਮਾਨਾ। ਇਸ ਮੌਕੇ 'ਤੇ ਸੰਤ ਸਿੰਚੇਵਾਲ ਨੇ ਕਿਹਾ ਕਿ ਉਹਨਾਂ ਨੂੰ ਪ੍ਰਦੂਸ਼ਣ ਬੋਰਡ ਤੋਂ ਹਟਾਉਣ ਦੇ ਕਾਰਨਾਂ ਦਾ ਤਾਂ ਨਹੀਂ ਪਤਾ ਅਤੇ ਜਿੱਥੋਂ ਤੱਕ ਗੱਲ NGT ਦੀ ਰਿਪੋਰਟ ਦੀ ਹੈ ਤਾਂ ਜੋ ਸੱਚਾਈ ਸੀ ਉਹਨਾਂ ਨੇ ਦੱਸੀ ਹੈ ਅਤੇ ਮੈਂਬਰਸ਼ਿਪ ਖਤਮ ਹੋਣ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਨਹੀਂ, ਸਾਨੂੰ ਤਾਂ ਇਹਦੇ ਬਾਰੇ ਕੋਈ ਪਤਾ ਨਹੀਂ, ਅਸੀਂ ਤਾਂ ਅਖਬਾਰ ਦੇ ਵਿੱਚ ਸਵੇਰੇ ਪੜ੍ਹਿਆ ਅਤੇ ਇਹ ਤਾਂ ਸਰਕਾਰ ਨੇ ਲਾਉਣੇ ਹੁੰਦੇ ਆ, ਸਰਕਾਰ ਨੇ ਲਾਉਣੇ ਹੁੰਦੇ ਆ, ਉਹਨੇ ਲਾਇਆ ਸੀ, ਉਹਨੇ ਲਾਤਾ, ਠੀਕ ਹੈ। ਫਿਰ ਵੀ ਇਹਦਾ ਕੋਈ ਅੱਜ ਤੱਕ ਤੁਹਾਨੂੰ ਕੋਈ ਕਾਰਨ ਪਤਾ ਲੱਗਾ ਜਾਂ ਨਹੀਂ? ਨਹੀਂ, ਸਾਨੂੰ NGT ਦੇ ਤੁਹਾਨੂੰ ਪਤਾ ਲੱਗਿਆ ਉਦੋਂ ਤੁਸੀਂ ਇਹਨਾਂ ਦਾ ਜੁਰਮਾਨਾ ਹੋਇਆ ਸੀ ਉਹਦੇ ਉੱਤੇ ਕੋਈ ਇਹਦਾ ਕੋਈ ਨਾ, ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਉਹ ਤਾਂ ਉਹਨਾਂ ਨੇ ਸਾਨੂੰ ਨਿਯੁਕਤ ਕੀਤਾ ਸੀ ਅਤੇ ਉਹ ਕੋਈ ਸਾਡੀ ਬਾਬਿਆਂ ਦੀ ਕੱਲੀ ਰਿਪੋਰਟ ਥੋੜ੍ਹੀ ਸੀ, ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ, ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ, ਰਾਜਸਥਾਨ ਪੋਲਿਊਸ਼ਨ ਕੰਟਰੋਲ ਬੋਰਡ ਅਤੇ ਜਿਹੜੇ ਸਥਾਨਕ ਸਰਕਾਰਾਂ ਦੇ ਨੁਮਾਇੰਦੇ ਸੀਗੇ ਉਹਨਾਂ ਨੇ ਸਾਰਿਆਂ ਨੇ ਜਿਹੜੀ ਹੈਗੀ ਆ ਜਾ ਕੇ ਵਿਜਿਟ ਕੀਤੀ। ਉਹਨਾਂ ਨੂੰ 3 ਮਹੀਨੇ ਤੱਕ ਇਹ ਕਹਿੰਦੇ ਰਹੇ ਕਿ ਆਹ ਜਿਹੜਾ ਹੈਗਾ ਤੁਹਾਡਾ ਹੈਗਾ ਸੁਧਾਰ ਕਰੋ, ਉਹਨਾਂ ਨਹੀਂ ਕੀਤਾ। ਜੋ ਸੀਗੀ ਰਿਐਲਿਟੀ ਉਹ ਅਸੀਂ ਗ੍ਰੀਨ ਟ੍ਰਿਬਿਊਨਲ ਦੇ ਸਾਹਮਣੇ ਪੇਸ਼ ਕੀਤੀ। ਹੁਣ ਉਹ ਲਗਾਤਾਰ ਕੋਰਟ ਦੀਆਂ ਅੱਖਾਂ 'ਚ ਘੱਟਾ ਪਾ ਰਿਹਾ ਸੀ ਇਹ ਜਿਹੜੇ ਮਹਿਕਮੇ ਅਤੇ ਵੀ ਰਿਪੋਰਟ ਜਿਹੜੀ ਸੀ ਓਕੇ ਦੇ ਦਿੰਦੇ ਸੀ ਅਤੇ ਇਸੇ ਤੋਂ ਹੀ ਚਿੰਤਤ ਸੀਗਾ ਗ੍ਰੀਨ ਟ੍ਰਿਬਿਊਨਲ ਵੀ ਪੋਲਿਊਸ਼ਨ ਜਦੋਂ ਅਸੀਂ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਦੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਜਦੋਂ ਉਹ ਦੇਖਦੇ ਆ ਉਹਨਾਂ ਦੇ ਰਿਜ਼ਲਟ ਜਿਹੜੇ ਉਹਨਾਂ ਦੇ ਲੈਂਦੇ ਹੈਗੇ ਸੈਂਪਲ ਉਹਨਾਂ ਵਿੱਚ ਪੋਲਿਊਸ਼ਨ ਆ ਰਿਹਾ ਵੱਧ ਰਿਹਾ ਅਤੇ ਇਹ ਕਹਿੰਦੇ ਅਸੀਂ ਸਾਰੇ ਚਲਾ ਰਹੇ ਹਾਂ ਅਤੇ ਉਹਦਾ ਕਾਰਨ ਕੀ? ਇਸੇ ਕਰਕੇ ਉਹਨਾਂ ਨੇ ਜਿਹੜੀ ਇਹ ਬਣਾਈ ਸੀ ਕਮੇਟੀ ਕਿ ਜਾ ਕੇ ਧਰਾਤਲ 'ਤੇ ਜਾ ਕੇ ਮੌਕਾ ਦੇਖ ਕੇ ਉਹ ਕੋਰਟ ਦੇ ਮੂਹਰੇ ਰਿਪੋਰਟ ਦੇਵੇ। ਉਹ ਹਜੇ ਥੋੜ੍ਹੀ ਜਿਹੀ ਰਿਪੋਰਟ ਆਈ ਹੈ ਜਿਹੜੀ ਲੋਕਲ ਬੋਡੀ ਦੀ ਅਤੇ 2 ਟ੍ਰੀਟਮੈਂਟ ਪਲਾਂਟ ਚੈੱਕ ਕੀਤੇ ਸੀ ਹਜੇ ਇੰਡਸਟਰੀ ਵਾਲਾ ਅਤੇ ਹੋਰ ਬਹੁਤ ਕੁਛ ਹਜੇ ਰਹਿੰਦਾ, ਉਹ ਆਉਣਗੇ ਰਿਪੋਰਟ। ਤੁਹਾਡਾ ਜਿਹੜਾ ਕੰਮ ਕਾਰ ਚੱਲਣ ਡਿਆ ਅੱਗੇ ਵੀ ਚਲੋ ਸ਼ੁਰੂ ਤੋਂ ਚੱਲਣ ਡਿਆ ਵਾ, ਕੀ ਹੁਣ ਤੁਸੀਂ ਵੀ ਇਸੇ ਤਰ੍ਹਾਂ ਹੀ ਮਤਲਬ ਕਿ? ਨਹੀਂ, ਸਾਨੂੰ ਤਾਂ ਉਹਦੇ ਵਾਸਤੇ ਇਹਦਾ ਕੋਈ ਹੈ ਨਹੀਂ ਕਿ ਪੋਲਿਊਸ਼ਨ ਕੰਟਰੋਲ ਬੋਰਡ ਦੇ ਅੰਦਰ ਵੀ ਅਸੀਂ ਰੌਲਾ ਪਾਉਂਦੇ ਸੀ, ਪਹਿਲਾਂ ਵੀ ਰੌਲਾ ਪਾਉਂਦੇ ਸੀਗੇ, ਹੁਣ ਤਾਂ ਵੀ ਰੌਲਾ ਪਾਉਂਦੇ ਰਹੋਗੇ। ਜਿੰਨੇ ਚਿਰ ਪੋਲਿਊਸ਼ਨ ਨਹੀਂ ਘਟਦਾ, ਪੋਲਿਊਸ਼ਨ ਨਹੀਂ ਮੁੱਕਦਾ, ਉਹਨਾਂ ਚਿਰ ਅਸੀਂ ਲੱਗੇ ਰਹੇ ਹਾਂ। ਕੋਈ ਇਹਦਾ ਬੋਰਡ ਕਰਕੇ ਥੋੜ੍ਹਾ ਜਿਹੜਾ ਹੈਗਾ, ਬੋਰਡ ਤੋਂ ਪਹਿਲਾਂ ਵੀ ਅਸੀਂ ਲੱਗੇ ਹੋਏ ਸੀ। ਧੰਨਵਾਦ, ਥੈਂਕ ਯੂ।